ਜੈ ਸ਼ੰਕਰ ਜੈ ਨਾਗ ਦੇਵਤਾ ਵਾਹਿਗੁਰੂ ਜੀ ਦਾ ਖਾਲਸਾ ਅਤੇ ਵਾਹਿਗੁਰੂ ਜੀ ਦੀ ਫਤਿਹ। ਜਿੱਦਾਂ ਕਿ ਸੱਪ ਇਸ ਟਾਈਮ ਮੈਂ ਫੜਿਆ ਸੀ ਤਾਂ ਮੈਂ ਹੁਣ ਇਹ ਸੱਪ ਜਿਹੜਾ ਛੱਡ ਰਿਹਾ ਵਾ, ਪਰ ਦੇਖੋ ਮੈਂ ਤੁਹਾਨੂੰ ਦਿਖਾਉਣ ਡਿਆ ਵੀ ਕਿੰਨਾ ਜ਼ਰੀਦਾ ਸੱਪ ਆ, ਕਿ ਇਹਦੀ ਨਸਲ ਆ। ਇਹ ਚੀਜ਼ਾਂ ਸਮਝਾਉਣ ਦੀ ਅਕਸਰ ਹੀ ਲੋਕਾਂ ਨੂੰ ਮੈਂ ਕੋਸ਼ਿਸ਼ ਕਰਦਾ ਰਹਿੰਦਾ। ਇਹ ਸੱਪ ਨੂੰ ਕੋਬਰਾ ਸੱਪ ਕਿਹਾ ਜਾਂਦਾ ਵਾ। ਜਲਦੀ ਇਹ ਬੰਦੇ ਤੋਂ ਬਿਲਕੁਲ ਵੀ ਜਿਹੜਾ ਵਾ ਉਹ ਨਹੀਂ ਡਰਦਾ। ਦੇਖੋ ਉਹ ਮੇਰੇ ਵੱਲ ਆ ਗਿਆ, ਉਹ ਤੇਰੀ ਭੈਣ ਨੂੰ। ਇਹ ਸੱਪ ਜਿਹੜਾ ਵਾ ਬਿਲਕੁਲ ਇੱਕ ਕ੍ਰੋਧੀ ਤੋਂ ਅੱਗੇ ਮੇਰੇ ਵੱਲ ਆ ਗਿਆ। ਇਸ ਟਾਈਮ ਇਹ ਸੱਪ ਜਿਹੜਾ ਵਾ ਮੈਂ ਛੱਡਦਾ, ਸੱਪ ਚਲਾ ਗਿਆ। ਗਲਤੀ ਦੀ ਮਾਫ਼ੀ, ਮੂੰਹ ਥੋੜ੍ਹੇ ਜਿਹੇ ਮਾੜੇ ਸੱਪ ਨੂੰ ਬਚਨ ਨਿਕਲ ਗਏ। ਜਿੱਦਾਂ ਕਿ ਜਿਹੜਾ ਸੱਪ ਸੀ ਇਸ ਟਾਈਮ ਆਇਆ ਸੀ ਅਤੇ ਮੈਂ ਹੁਣ ਇਹ ਸੱਪ ਜਿਹੜਾ ਵਾ ਛੱਡਿਆ ਸੀ, ਅਤੇ ਇਹ ਮੈਨੂੰ ਹੀ ਬਾਈਟ ਕਰਨ ਲਈ ਭੱਜ ਆਇਆ ਕਾੜੀ, ਅਤੇ ਮੂੰਹ ਥੋੜ੍ਹਾ ਜਿਹਾ ਮਾੜਾ ਬਚਨ ਨਿਕਲ ਗਿਆ। ਉਸੀ ਦੀ ਸਾਰੀ ਯਾਰਾਂ ਮਿੱਤਰਾਂ ਤੋਂ ਹੱਥ ਜੋੜ ਕੇ ਮਾਫ਼ੀ। ਜਦੋਂ ਮੈਨੂੰ ਡੱਬੇ 'ਚੋਂ ਬਿਲਕੁਲ ਬਾਹਰ ਕੱਢ ਰਿਹਾ ਹਾਂ, ਇਹ ਮੇਰੇ ਵਹਿਰਾਂ ਨੂੰ ਹੀ ਭੱਜ ਆਇਆ। ਅਤੇ ਇਹ ਆ ਕਿ ਡੇਲੀ ਚਲੋ ਇਹ ਚੀਜ਼ਾਂ ਦੀ ਬੇਜ਼ਬਾਨ ਜਾਨਵਰਾਂ ਦੀ ਆਪਣੀ ਲਾਈਫ 'ਤੇ ਰਿਸਕ ਲੈ ਕੇ ਹੈਲਪ ਕਰੀਦੀ ਆ। ਜਿਹੜਾ ਲੋਕ ਤਾਂ ਸੱਪ ਨੂੰ ਨਹੀਂ ਮਾਰਦਾ, ਫੋਟੋ ਪਾਉਂਦਾ ਵਾ, ਕੋਈ ਗੱਲ ਪੁੱਛਦਾ ਵਾ, ਅਸੀਂ ਜ਼ਰੂਰ ਦੱਸਾਂਗੇ, ਰਾਤ ਭਾਵੇਂ 2 ਵੀ ਵੱਜੇ ਹੋਣ। ਪਰ ਕਈ ਮਿੱਤਰ ਕੀ ਕਰਦੇ ਆ, ਸੱਪ ਨੂੰ ਮਾਰ ਕੇ ਉਹਦੀ ਫੋਟੋ ਪਾ ਕੇ ਪੁੱਛਦੇ ਇਹ ਸੱਪ ਜ਼ਹਿਰੀਲਾ ਵਾ ਕਿ ਨਹੀਂ ਜ਼ਹਿਰੀਲਾ, ਫਿਰ ਨਹੀਂ ਅਸੀਂ ਦੱਸਦੇ। ਪਤਾ ਕੀ ਗੱਲ ਵਾ, ਸਾਡਾ ਵੀ ਇੱਕ ਦਿਲ ਵਾ, ਸਾਡਾ ਵੀ ਇੱਕ ਦਿਲ ਦੁਖਦਾ ਵਾ, ਅਸੀਂ ਰਾਤ ਦਿਨ ਆਪਣੀ ਜਾਨ 'ਤੇ ਰਿਸਕ ਲੈ ਕੇ ਬੇਜ਼ੁਬਾਨ ਜਾਨਵਰਾਂ ਦੀ ਹੈਲਪ ਕਰੀਦੀ ਆ। ਲੋਕ ਇਹਨੂੰ ਮਾਰ ਦਿੰਦੇ ਆ। ਕਿਸੇ ਮਿੱਤਰ ਨੇ ਫੋਨ ਕੀਤਾ ਸੀ ਕਿ ਭਾਅ ਜੀ ਜ਼ਿੰਦਗੀ 'ਚ ਬੜੀਆਂ ਟੈਨਸ਼ਨਾਂ ਰਹਿੰਦੀਆਂ। ਅੱਜ ਚਲੋ ਸੱਪਾਂ ਦੀ ਗੱਲ ਆਪਾਂ ਨਹੀਂ ਕਰਦੇ, ਜ਼ਿੰਦਗੀ 'ਚ ਹਰ ਇੱਕ ਬੰਦੇ ਦੇ ਘਰ ਦੇ ਹਾਲਾਤ ਇੱਦਾਂ ਦੇ ਆ, ਕਮਾਈਆਂ ਘੱਟ ਵਾ ਅਤੇ ਖਰਚੇ ਜ਼ਿਆਦਾ ਵਾ। ਖਰਚੇ ਜ਼ਿਆਦਾ ਹੋਣ ਕਰਕੇ ਉਹ ਖਰਚੇ ਪੂਰੇ ਨਹੀਂ ਹੁੰਦੇ, ਅਤੇ ਟੈਨਸ਼ਨ ਤਾਂ ਅੱਜ ਕੱਲ੍ਹ ਹਰ ਇੱਕ ਬੰਦੇ ਨੂੰ ਹੀ ਆ, ਭਾਵੇਂ ਮੈਂ ਵਾਂ ਭਾਵੇਂ ਤੁਸੀਂ, ਜੇ ਕੋਈ ਵੀ ਇਨਸਾਨ ਆ ਜੇ ਟੈਨਸ਼ਨ ਲਈ ਜਾਊਗਾ, ਮਨ ਪਰੇਸ਼ਾਨ ਕਰੀ ਜਾਊਗਾ, ਅਤੇ ਕੀ ਉਹ ਮਸਲੇ ਦਾ ਹੱਲ ਹੋ ਜੂਗਾ? ਬਿਲਕੁਲ ਹੱਲ ਨਹੀਂ ਹੁੰਦਾ। ਜੇ ਕਮਾਈ ਘੱਟ ਵਾ ਤਾਂ ਜ਼ਿੰਦਗੀ ਦੇ ਵਿੱਚ ਖਰਚੇ ਘਟਾਓ, ਜੇ ਕਮਾਈ ਜ਼ਿਆਦਾ ਵਾ ਫਿਰ ਭਾਵੇਂ ਖਰਚੇ ਵੱਧ ਹੋਣ, ਫਿਰ ਕੋਈ ਗੱਲ ਨਹੀਂ ਹੁੰਦੀ। ਜੇ ਤੁਹਾਡੀ ਆਮਦਨ ਘੱਟ ਵਾ, ਕਮਾਈ ਘੱਟ ਵਾ, ਅਤੇ ਆਪਣੇ ਜ਼ਿੰਦਗੀ ਦੇ ਵਿੱਚ ਖਰਚੇ ਐਡਜਸਟਮੈਂਟ ਉਸ ਨਾ ਕਰੋ ਕਿ ਜਿਹੜਾ ਖਰਚਾ ਚਲੋ ਚੱਲਦਾ ਜਾਏ, ਠੀਕ ਆ, ਟਾਈਮ ਪਾਸ ਹੁੰਦਾ ਜਾਏ। ਦੇਖੋ ਇਹ ਇੱਕ ਜ਼ਿੰਦਗੀ ਆ। ਕਈ ਕਹਿੰਦੇ ਆ ਭਾਅ ਜੀ ਕੋਈ ਇਹੋ ਜਿਹੀ ਚੀਜ਼ ਬਣਾ ਕੇ ਦਿਓ ਸਾਡੇ ਕੋਲ, ਪੈਸਾ ਖਲੋ ਜੇ, ਐਂ ਆ ਜੇ ਆਊਂ ਆ, ਬੜਾ ਕੁਝ ਲੋਕ ਕਹਿੰਦੇ ਆ। ਨਹੀਂ, ਇਹ ਨਹੀਂ ਗੱਲਾਂ ਹੁੰਦੀਆਂ। ਦੇਖੋ ਅਸੀਂ ਕੋਈ, ਅਸੀਂ ਕੌਣ ਹੁੰਦੇ ਹਾਂ ਇਹ ਚੀਜ਼ਾਂ ਬਣਾ ਕੇ ਦੇਣ ਵਾਲੇ? ਅਸੀਂ ਤਾਂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਗਾੜੀ, ਆਪਣੇ ਸ਼ੰਕਰ ਬਾਬਾ ਦੇ ਗਾੜੀ, ਅਰਦਾਸ ਬੇਨਤੀ ਕਰੀ ਦੀ ਆ, ਨਾਗ ਦੇਵਤੇ ਦੇ ਗਾੜੀ ਜੇ ਕੋਈ ਆਉਂਦਾ ਵਾ, ਅਤੇ ਬਸ ਆਪਾਂ ਤਾਂ ਅਰਦਾਸ ਬੇਨਤੀ ਵਾਲੇ ਹਾਂ। ਕਿਸੇ ਦੀ ਟਾਈਫਾਇਡ ਭਾਵੇਂ 5 ਸਾਲ ਪੁਰਾਣਾ ਹੈ, ਕਿਸੇ ਨੂੰ ਬਾਬਾ ਸ਼ੀਰ ਜਿੰਨੀ ਮਰਜ਼ੀ ਪੁਰਾਣੀ ਹੋਏ, ਮੈਂ ਨਾ ਅਸੀਂ ਗੱਲਾਂ ਨਾਲ ਨਹੀਂ, ਅਸੀਂ ਲਿਖਤੀ ਰੂਪ ਦੇ ਵਿੱਚ ਇਹ ਚੀਜ਼ਾਂ ਦੀ ਗਰੰਟੀ ਚੁੱਕਾਂਗੇ। ਅਸੀਂ ਜ਼ਿਲ੍ਹਾ ਤਰਨ ਤਾਰਨ ਸ਼ਹਿਰ ਪੱਟੀ ਦੇ ਰਹਿਣ ਵਾਲੇ ਹਾਂ। ਸਾਡਾ ਨੰਬਰ ਆ 95 92 99 63 ਅਤੇ 35। ਯੂਟਿਊਬ 'ਤੇ ਮੇਰਾ ਇੱਕ ਚੈਨਲ ਆ NAA ਅਤੇ G, ਨਾਗ ਕੇਤ ਬਾਈ, ਸਪੇਸ ਬਿਲਕੁਲ ਨਹੀਂ ਦੇਣੀ। ਇੱਕ ਮੇਰੇ ਭਾਅ ਜੀ ਹੈਗੇ ਆ ਬਠਿੰਡੇ ਦੇ, ਗੁਰਵਿੰਦਰ ਭਾਅ ਜੀ, ਇੱਕ ਉਹਨਾਂ ਦਾ ਚੈਨਲ ਖੋਲ੍ਹ ਕੇ ਜ਼ਰੂਰ ਦੇਖਿਓ, ਗੁਰਵਿੰਦਰ ਗੁਰਵਿੰਦਰ ਸ਼ਰਮਾ ਜਦੋਂ ਭਰੋਗੇ ਉਹਨਾਂ ਦਾ ਚੈਨਲ ਸ਼ੋ ਹੋ ਜਾਣਾ ਵਾ। ਇੱਕ ਮੇਰੇ ਫਿਰ ਵੀਰ ਜੀ ਆ ਕੇਵਲ ਮਲੋਟ ਦੇ, ਉਹ ਵੀ ਮੇਰੇ ਸੱਪ ਫੜਦੇ ਆ। ਕਾਫੀ ਮੇਰੇ ਵੀਰ ਇੱਦਾਂ ਸੱਪ ਵਗੈਰਾ ਫੜਦੇ ਆਪਣੀ ਲਾਈਫ 'ਤੇ ਰਿਸਕ ਲੈ ਕੇ, ਨੇਰੇ ਸਵੇਰੇ 1 ਵਜੇ 2 ਵਜੇ ਜਾਂਦੇ ਆ, ਪਰ ਅਸੀਂ ਵੀ ਤਾਂ ਆਪਣੀ ਲਾਈਫ 'ਚ ਰਿਸਕ ਲੈ ਕੇ ਬੇਜ਼ੁਬਾਨ ਜਾਨਵਰਾਂ ਨੂੰ ਸੇਵ ਕਰਦੇ ਹਾਂ।
ਕਦੀ ਅਸੀਂ ਜੋਗੀ ਨੂੰ ਨਹੀਂ ਦਿੱਤਾ, ਕਦੀ ਜ਼ਹਿਰ ਨਹੀਂ ਕੱਢਿਆ, ਕਦੀ ਅਸੀਂ ਦੰਦ ਨਹੀਂ ਤੋੜੇ। ਇਹ ਮੈਂ ਸਭਰਾਵਾਂ ਪਿੰਡ ਤੋਂ ਫੜਿਆ ਸੀ, ਲਗਭਗ ਮੇਰੇ ਤੋਂ 12 ਕਿਲੋਮੀਟਰ ਆਉਣ ਅਤੇ 12 ਕਿਲੋਮੀਟਰ ਜਾਣ ਅਤੇ ਮੈਂ ਹੁਣ ਇਹ ਫੜ ਕੇ ਜਿਹੜਾ ਸੱਪ ਵਾ ਤੁਹਾਡੇ ਸਾਹਮਣੇ ਰਿਲੀਜ਼ ਕਰਤਾ ਵਾ। ਮਨ ਨੂੰ ਖੁਸ਼ੀ ਹੁੰਦੀ ਆ ਕਿ ਕਿਸੇ ਬੇਜ਼ੁਬਾਨ ਜਾਨਵਰ ਦੀ ਹੈਲਪ ਕੀਤੀ ਆ। ਹੋਰ ਕਿਸੇ ਦਾ ਟਾਈਫਾਇਡ ਬਵਾਸੀਰ ਨਾ ਠੀਕ ਹੁੰਦੀ ਹੋਏ ਤਾਂ ਮੈਨੂੰ ਜਦੋਂ ਮਰਜ਼ੀ ਕੋਈ ਯਾਦ ਕਰੇ, ਜੈ ਸ਼ੰਕਰ ਜੈ ਨਾਗ ਦੇਵਤਾ। ਕਿਸੇ ਨੂੰ ਭਿੱਖੀ ਪਿੰਡ ਤਰਨ ਤਾਰਨ ਝਬਾਲ ਅੰਮ੍ਰਿਤਸਰ ਰਾਤ 2 ਵਜੇ ਲੋੜ ਪੈਂਦੀ ਆ, ਮੈਨੂੰ ਤਾਂ ਨਹੀਂ ਯਾਦ ਕੀਤਾ ਜਾਏ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।